ਸਾਹਿਬ ਇਹ ਜਿਹੜੀ ਘਟਨਾ ਹੋਈ ਹੈ ਗੈਂਗਸਟਰਾਂ ਦੇ ਥ੍ਰੈਟ ਆਇਆ ਤੁਹਾਨੂੰ, ਇਹ ਅਸਲ 'ਚ ਹੋਇਆ ਕੀ ਹੈ, ਤੁਹਾਨੂੰ ਕਿੱਦਾਂ ਪਤਾ ਲੱਗਾ? ਇਹ ਨਾ ਸਾਡੇ ਮੇਰੇ ਪਿੰਡ ਬੂਸੇਵਾਲ ਪਿੰਡ ਆ, ਉੱਥੋਂ ਦੇ ਹੀ ਇਹ ਮੁੰਡੇ ਆ ਜਿਹੜੇ, ਔਰ ਕਾਫੀ ਪੁਰਾਣਾ ਮੇਰੇ ਖਿਆਲ ਕਈ ਕੇਸ ਆ ਯੂਪੀ ਤੋਂ ਵੀ, ਕਿਤੇ ਨਾ ਪਿੱਛੇ ਜਿਹਾ ਯੂਪੀ 'ਚ ਅਸਲਾ ਫੜਿਆ ਗਿਆ, ਔਰ ਉਹਦੇ ਕਰਕੇ ਪੁਲਿਸ ਨੇ ਰੇਡ ਰੂਡ ਕੀਤੀ ਅਤੇ ਇਹਨਾਂ ਦੇ ਜਿਹੜੇ ਮਦਰ ਫਾਦਰ ਆ ਉਹਨਾਂ ਨੂੰ ਘਰੋਂ ਪਾਸੇ ਹੋਣਾ ਪਿਆ। ਔਰ ਇੱਕ ਤਰੀਕ ਦੀ ਮੇਰਾ ਖਿਆਲ ਗੱਲ ਆ ਵੀ ਮੈਨੂੰ ਪਿੰਡ ਵਾਲਿਆਂ ਦੇ ਸਾਡੇ ਪਿੰਡ ਆਏ ਇਹ, ਔਰ ਪਿੰਡ ਆ ਕੇ ਇੰਨੀ ਦਹਿਸ਼ਤ ਪਾਈ, ਇੱਕ ਘੰਟਾ 5 ਮਿੰਟ ਪੂਰਾ ਨੰਗਾ ਨਾਚ ਮਚਾਇਆ, ਅਸਲਾ ਕੋਲ ਸੀਗਾ, ਔਰ ਪਹਿਲਾਂ ਗਰਾਊਂਡ 'ਚ ਗਏ ਮੁੰਡੇ ਖੇਡਦੇ ਸੀਗੇ, ਉਹਨਾਂ ਨੂੰ ਕਿਹਾ ਤਾਂ ਲੰਮੇ ਪੈ ਜਾਓ ਸਾਰਿਆਂ ਨੂੰ, ਉਹ ਕੀਤਾ। ਉਸ ਤੋਂ ਬਾਅਦ ਇੱਕ ਦੁਕਾਨਦਾਰ ਸੀ ਕਰਿਆਨੇ ਦਾ, ਉਹਨੂੰ ਕਿਹਾ ਨੱਕ ਨਾਲ ਲੀਕਾਂ ਕੱਢ ਸੜਕ 'ਤੇ, ਪਿਸਟਲਾਂ ਅਸਲਾ ਕੋਲ ਸੀਗਾ, ਉਹ ਲੀਕਾਂ ਕਢਾਈਆਂ। ਫਿਰ ਉਸ ਤੋਂ ਬਾਅਦ ਦੁੱਧ ਦੀ ਡੇਅਰੀ ਸੀ, ਉੱਥੇ ਬਜ਼ੁਰਗ ਸੀ ਸਾਡੇ ਪਿੰਡ ਦੇ ਬੈਠੇ, ਉਹਨਾਂ ਨੂੰ ਬਹੁਤ ਬੁਰਾ ਭੁਲਾ ਕਹਿ ਕੇ ਉੱਥੇ ਭਜਾਤਾ ਬੰਦ ਕਰਾਇਆ। ਫਿਰ ਉਸ ਤੋਂ ਅੱਗੇ ਇੱਕ ਪਿੰਡਾਂ ਦੇ ਡਾਕਟਰ ਹੁੰਦੇ ਜਿਹੜੇ, ਉਹਦੀ ਸ਼ੋਪ ਸੀਗੀ, ਉਹਨੂੰ ਕਿਹਾ ਵੀ 3 ਗਿਣਦੇ ਹਾਂ ਅਸੀਂ, 3 ਗਿਣ ਤੋਂ ਬਾਅਦ 'ਚ ਜੇ ਤੁਹਾਡੇ ਕੋਲ ਦੁਕਾਨ ਨੂੰ ਲੌਕ ਨਾ ਲੱਗਾ ਤਾਂ ਗੋਲੀ ਮਾਰ ਦਿੱਤੀ। ਔਰ ਉਹ ਇੰਨਾ ਮਤਲਬ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀ, ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ, ਔਰ ਉਹ ਮੁੰਡਿਆਂ ਨੂੰ ਬੁਖਾਰ ਵੀ ਚੜਿਆ ਔਰ ਬੜਾ। ਉਸ ਤੋਂ ਬਾਅਦ ਮੈਨੂੰ ਹੁਣ ਜਦੋਂ ਮੈਂ ਤਾਂ ਗੱਲ ਕੀਤੀ ਵੀ ਉਹ ਸਾਡੇ ਪਿੰਡ ਆ ਗੱਲ ਹੋਈ, ਮੈਨੂੰ ਇਹ ਪਤਾ ਨਹੀਂ ਸੀ ਵੀ ਸਾਨੂੰ ਵੀ ਮੇਰੇ 'ਤੇ ਹੁਣ ਮੈਂ ਕੀ ਕਰ ਸਕਦਾ ਜੇ ਕਿਸੇ ਦੇ ਕੋਈ ਕ੍ਰਾਈਮ ਕਰਦਾ ਜਾਂ ਕੋਈ ਉਹਦਾ ਉਹਦੇ ਲਈ ਪੁਲਿਸ ਉਹਨੂੰ ਕਰਦੀ ਫੜਦੀ, ਉਹਦੇ ਵਿੱਚ MLA ਤਾਂ ਕੋਈ ਕੁਛ ਨਹੀਂ ਕਰ ਸਕਦਾ, ਜਿਹੜਾ ਕ੍ਰਾਈਮ ਕਰੂਗਾ ਉਹਨੂੰ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਿਹੜੀ ਆ ਸਜ਼ਾ ਉਹ ਮਿਲਣੀ ਮਿਲਣੀ। ਤੁਹਾਡੇ 'ਤੇ ਰੋਸ ਸੀਗਾ ਕਿ ਤੁਸੀਂ ਉਹਨਾਂ ਦੇ ਪਰਿਵਾਰ ਦੀ ਮਦਦ ਨਹੀਂ ਕੀਤੀ ਜਾਂ ਉਹਨਾਂ ਦੀ ਮਦਦ ਨਹੀਂ ਕੀਤੀ, ਇਹ ਰੋਸ ਸੀ? ਹਾਂ, ਉਹਨਾਂ ਇਹ ਰੋਸ ਆ ਜੀ ਸਾਡੀ ਮਦਦ ਨਹੀਂ ਕੀਤੀ ਔਰ ਸਰਕਾਰ ਬਣੀ ਆ ਔਰ MLA ਆ ਔਰ ਸਾਡੇ ਜਿਹੜੇ ਪਰਿਵਾਰ ਨੂੰ ਘਰੋਂ ਫਸੇ ਜਿਹੜਾ ਜਾਣ ਦਿੱਤਾ ਔਰ ਘਰ ਨੂੰ ਲੋਕ ਲੱਗ ਗਿਆ। ਥ੍ਰੈਟ ਦਾ ਪਤਾ ਲੱਗਦੇ ਬਹੁਤ ਦੇਰ ਲੱਗੀ, ਉਸ ਤੋਂ ਬਾਅਦ ਤੁਸੀਂ ਫਿਰ ਅਧਿਕਾਰੀਆਂ ਨੂੰ ਦੱਸਿਆ, ਪ੍ਰਸ਼ਾਸਨ ਨੂੰ ਦੱਸਿਆ, ਕੀ ਕਾਰਵਾਈ ਹੋਈ ਹੈ? ਨਹੀਂ, ਮੈਂ ਤਾਂ ਹਜੇ ਦੇਖੋ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਮੇਰੇ ਬਾਰੇ ਵੀ ਇੰਨਾ ਬੋਲ ਕੇ ਗਿਆ। ਮੈਂ ਤਾਂ DGP ਸਾਹਿਬ ਨੂੰ ਵੈਸੇ ਹੀ ਗੱਲ ਕੀਤੀ ਵੀ ਇੱਦਾਂ ਸਾਡੇ ਪਿੰਡ ਦੇ ਵਿੱਚ ਬੜਾ ਦਹਿਸ਼ਤ ਦਾ ਮਾਹੌਲ ਆ, ਉਹ ਤੁਸੀਂ ਠੀਕ ਕਰੋ, ਅਤੇ ਮੈਂ ਉਸ ਤੋਂ ਬਾਅਦ CM ਸਾਹਿਬ ਨਾਲ ਗੱਲ ਕੀਤੀ ਜਦੋਂ ਆਏ 26 ਤਰੀਕ ਨੂੰ। CM ਸਾਹਿਬ ਨੇ SSP ਸਾਹਿਬ ਨੂੰ IG ਸਾਹਿਬ ਨੂੰ ਕਿਹਾ ਵੀ ਇਹਨਾਂ ਨੂੰ ਜਿਹੜਾ ਇਹਦੀ ਪੈਰਵਾਈ ਕਰੋ, ਪਰ ਉਹ ਪਤਾ ਨਹੀਂ ਸੀ ਕਿ ਵੀ ਮੇਰੇ 'ਤੇ ਵੀ ਇੰਨਾ ਰੋਸ ਆ। ਠੀਕ ਹੈ ਸਰ, ਕਿੱਥੇ ਫੇਲੀਅਰ ਨਹੀਂ ਨਜ਼ਰ ਆਉਂਦਾ ਵੀ ਐਡੇ ਵੱਡੇ ਗੈਂਗਸਟਰ 1 ਘੰਟਾ ਪਿੰਡ ਦੇ ਵਿੱਚ ਨੰਗਾ ਨਾ ਚੱਲਦਾ ਰਿਹਾ, ਪੁਲਿਸ ਇੱਕ ਰਫਟ ਬਣਾ ਕੇ ਇੱਥੇ ਚੁੱਪ ਬੈਠੀ? ਫੇਲੀਅਰ ਆਪਾਂ ਦੇਖੋ 1 ਘੰਟਾ ਗਲਤ ਤੁਹਾਡੀ ਬਿਲਕੁਲ ਠੀਕ ਹੈ ਵੀ 1 ਘੰਟਾ ਉਹਨੇ ਇੰਨਾ ਡਰ ਜਿਹੜਾ ਉਹਨਾਂ ਦੀ ਚਮੜੀ 'ਚ ਹੈ ਹੀ ਨਹੀਂ ਵੀ 1 ਘੰਟਾ ਇੱਕ ਪਿੰਡ ਦੇ ਵਿੱਚ MLA ਦੇ ਪਿੰਡ ਦੇ ਵਿੱਚ ਤੁਸੀਂ ਆ ਕੇ ਇੰਨੀ ਬਦਮਾਸ਼ੀ ਕਰਕੇ ਜਾਓ। ਔਰ ਮੈਂ ਹਜੇ ਵੀ ਅਪੀਲ ਕਰਦਾ ਵੀ ਉਹ ਬੱਚੇ ਜਿਹੜੇ ਆ ਸਾਡੇ ਪਿੰਡ ਦੇ ਆ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਆ ਜਾਣਾ ਚਾਹੀਦਾ ਔਰ ਜਿਹੋ ਜਿਹੀ ਸਪੋਰਟ ਚਾਹੀਦੀ ਹੈ ਮੁੱਖ ਧਾਰਾ 'ਚ ਆਉਣ ਲਈ ਉਹ ਸਪੋਰਟ ਅਸੀਂ ਕਰਨ ਤਿਆਰ। ਹਾਂਜੀ, ਇਹ ਮੇਰੇ ਕੋਲ ਕਾਫੀ ਪੁਰਾਣਾ ਸੁੱਖਾ ਕਾਹਲਵਾਂ ਵਗੈਰਾ ਇਹਨਾਂ ਦੇ ਗੈਂਗ ਨਾਲ ਕਾਫੀ ਪੁਰਾਣੇ ਸੰਬੰਧ। ਜਿਹੜੇ ਜੇ ਨਹੀਂ ਚੁੱਕਦਾ ਤਾਂ ਤੁਸੀਂ CM ਸਾਹਿਬ ਨੂੰ ਜਾਂ ਸਰਕਾਰ ਨੂੰ ਲਿਖੋਗੇ ਕਿ ਇੱਦਾਂ ਦਾ ਫੇਲੀਅਰ ਦੁਬਾਰਾ ਆਉਂਦਾ? ਮੈਂ ਗੱਲ ਕਰਾਂਗੇ ਬਿਲਕੁਲ CM ਸਾਹਿਬ ਨਾਲ ਕਰਾਂਗੇ ਔਰ ਇਸ ਚੀਜ਼ 'ਤੇ। ਸਰ, ਮਤਲਬ ਪੁਲਿਸ ਦੇ ਮੁਤਲਕ ਸਵਾਲ ਹੈ, ਨਵਤੇਜ ਸਿੰਘ ਚੀਮਾ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਥ੍ਰੈਟ ਆਇਆ ਗੈਂਗਸਟਰਸ ਵੱਲੋਂ, ਕਬੀਰਪੁਰ ਥਾਣੇ ਵਿੱਚ ਇੱਕ ਰਫਟ ਵੀ ਦਰਜ ਕੀਤੀ ਗਈ ਹੈ ਇਸੇ ਜ਼ਿਕਰ, ਉਹ ਕਿੱਥੇ ਅੱਗੇ ਦੀ ਕਾਰਵਾਈ ਕੀ? ਅਸੀਂ ਸਿਕਿਉਰਿਟੀ ਪੱਖੋਂ ਉਹਨਾਂ ਨੂੰ ਜੋ ਨੋਰਮ ਦੇ ਮੁਤਾਬਕ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਪ੍ਰੋਵਾਈਡ ਕਰਵਾਈ ਆ, ਪਲੱਸ ਜਿਹੜੀ ਡਿਸਟ੍ਰਿਕਟ ਵੱਲੋਂ ਸਾਡੀਆਂ ਜ਼ਿੰਮੇਵਾਰੀਆਂ ਸਿਕਿਉਰਿਟੀ ਦੇ ਪੱਖ ਨੂੰ ਅਸੀਂ ਪੂਰਾ ਧਿਆਨ 'ਚ ਰੱਖਦੇ ਹਾਂ। ਬਿਲਕੁਲ, ਉਹ ਤਾਂ ਪੰਜਾਬ ਲੈਵਲ 'ਤੇ ਹੀ ਹੋ ਰਿਹਾ ਸਾਰਾ DGP ਸਾਹਿਬ ਵੱਲੋਂ, ਅਤੇ ਹਰੇਕ ਡਿਸਟ੍ਰਿਕਟ ਨੂੰ ਜਿੱਦਾਂ ਜਿੱਦਾਂ ਗੈਂਗਸਟਰ ਹੈਗੇ ਆ ਤਕਰੀਬਨ ਸਾਰੇ ਅਸੀਂ ਫੜ ਕੇ ਜੇਲ੍ਹਾਂ 'ਚ ਦੇ ਦਿੱਤੇ ਗੈਂਗਸਟਰ, ਅਤੇ ਕੋਈ ਇਹ ਤਾਂ ਕੋਈ ਇੱਕ ਆਖਰੀ ਸਵਾਲ ਹੈ,
ਕਿ ਗੈਂਗਸਟਰਸ ਦਾ ਪਿੰਡ ਦੇ ਵਿੱਚ ਆਉਣਾ, ਮੂਸੋਵਾਲ ਆਉਣਾ ਔਰ ਉੱਥੋਂ ਹੋ ਕੇ ਚਲੇ ਜਾਣਾ, ਪੁਲਿਸ ਦੇ ਨਾਕਿਆਂ ਦੇ ਬਾਵਜੂਦ, ਪੁਲਿਸ ਦੀ ਇੰਟੈਲੀਜੈਂਸ ਦੇ ਬਾਵਜੂਦ ਕਿਤੇ ਨਾ ਕਿਤੇ ਕਮੀ ਜਾਂ ਲਾਪਰਵਾਹੀ ਤੁਹਾਨੂੰ ਲੱਗਦਾ? ਨਹੀਂ, ਉਹ ਜਿਹੜੇ ਗੈਂਗਸਟਰ ਆ ਉਹ ਯੂਪੀ ਦੇ ਵਿੱਚ ਉਹਨਾਂ ਨੇ ਕੀਤੇ ਆ, ਉਹ ਸਾਡੇ ਧਿਆਨ ਦੇ ਵਿੱਚ ਆ ਸਰ। ਅਤੇ ਪਿੰਡ ਆਏ ਆ ਉਹ ਸਾਡੀਆਂ ਐੱਸ ਐੱਚ ਓ ਨੂੰ ਹਦਾਇਤਾਂ, ਡੀ ਐੱਸ ਪੀ, ਸਾਡੀ ਫੋਰਸ ਪੂਰੀ ਧਿਆਨ ਰੱਖਦੀ ਆ। ਅਤੇ ਆਏ ਆ ਇਹਦੇ ਬਾਰੇ ਨਹੀਂ ਸਾਨੂੰ ਅਜੇ ਤੱਕ ਪੂਰੀ ਜਾਣਕਾਰੀ, ਨਹੀਂ ਸਾਡੇ ਨਹੀਂ ਧਿਆਨ ਚਾਹੀਏ ਕੋਈ ਗੱਲ। ਮੈਂ ਲੇਕ ਨਵਤੇਜ ਚੀਮਾ ਜੀ ਹੈ ਕਪੂਰਥਲਾ ਕੇ, ਉਨਕੋ ਵੀ ਗੈਂਗਸਟਰਸ ਦੁਬਾਰਾ ਧਮਕੀ ਦੀ ਗਈ ਹੈ, ਐਸਾ ਕੁਛ ਸੁਣਨੇ ਮੈਂ। ਦੇਖੇ ਇਨਕੇ ਪਿਤਾ ਜੀ ਔਰ ਮੇਰੇ ਪਿਤਾ ਜੀ ਐੱਮ ਐੱਲ ਏ ਰਹੇ ਹੈ, ਪਹਿਲੇ ਟੈਰਰਿਜ਼ਮ ਪੇ ਵੀ ਹਮ ਰਹੇ ਹੈ ਇਕੱਠੇ, ਉਸ ਟਾਈਮ ਜੇ ਨਹੀਂ ਡਰੇ, ਆਪ ਵੀ ਜੇ ਹਮਾਰਾ ਛੋਟਾ ਭਾਈ ਹੈ, ਕਭੀ ਕਿਸੀ ਸੇ ਡਰੇਗਾ ਨਹੀਂ, ਜੇ ਗੈਂਗਸਟਰ ਤੋਂ ਪਤਾ ਨਹੀਂ ਕਿਆ ਹੋਤੇ ਹੈ, ਹਮ ਤੋ ਦੇਸ਼ ਭਗਤ ਹੈ।